ਗੁਰਦਾਸ ਮਾਨ ਦੇ ਵੱਲੋਂ ਮਾਫੀ ਮੰਗੀ ਗਈ ਆ। ਅਮਰੀਕਾ ਦੇ ਇੱਕ ਟੀਵੀ ਚੈਨਲ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਗੁਰਦਾਸ ਮਾਨ ਨੂੰ ਭੰਡਣ ਵਾਲੇ ਤੇ ਸਿਫਤ ਕਰਨ ਵਾਲੇ ਦੋਵੇਂ ਆਮੋ ਸਾਹਮਣੇ ਆ। ਆਮ ਤੌਰ ਦੇ ਉੱਤੇ ਕਲਾਕਾਰਾਂ ਦੇ ਪਿੱਛੇ ਕੁਝ ਕੁ ਲੋਕ ਲੜਦੇ ਹੁੰਦੇ, ਪਰ ਇੱਥੇ ਗੁਰਦਾਸ ਮਾਨ ਦੀ ਮਾਫੀ ਦੇ ਉੱਤੇ ਵੀ 50-50% ਵਾਲੇ ਵਿਚਾਰ ਆਏ ਆ। ਗੁਰਦਾਸ ਮਾਨ ਨੂੰ ਸਵਾਲਾਂ ਦੇ ਕਟਹਿਰੇ ਦੇ ਵਿੱਚ ਖੜਾ ਕਰਨ ਵਾਲੇ ਭੈਣਾਂ ਵੀਰੇ ਗੱਲ ਕਹਿੰਦੇ ਕਿ ਗੁਰਦਾਸ ਮਾਨ ਨੇ ਉਦੋਂ ਕਿਉਂ ਨਾ ਮਾਫੀ ਮੰਗੀ, ਤੁਰੰਤ ਮੰਗ ਲੈਣੀ ਚਾਹੀਦੀ ਸੀ। ਸਵਾਲ ਕਰਨ ਵਾਲੇ ਇਹ ਵੀ ਗੱਲ ਕਹਿੰਦੇ ਆ ਕਿ ਗੁਰਦਾਸ ਮਾਨ ਨੇ ਹੁਣ ਕਮਰਸ਼ੀਅਲ ਸੋਚ ਨੂੰ ਮੁੱਖ ਰੱਖ ਕੇ ਤੇ ਇਹ ਮਾਫੀ ਮੰਗੀ ਆ, ਵਪਾਰਕ ਬਿਰਤੀ ਨੂੰ ਮੁੱਖ ਰੱਖ ਕੇ ਕਿ ਭਾਈ ਮੇਰਾ ਕੰਮ ਚੱਲਦਾ ਰਹੇ। ਗੁਰਦਾਸ ਮਾਨ ਦੇ ਉੱਤੇ ਸਵਾਲ ਖੜਾ ਕਰਨ ਵਾਲੇ ਭੈਣਾਂ ਵੀਰੇ ਵੀ ਗੱਲ ਕਹਿੰਦੇ ਆ ਕਿ ਗੁਰਦਾਸ ਮਾਨ ਤੋਂ ਆਸ ਨਹੀਂ ਸੀ ਜਿਹੜੀ ਗੱਲ ਉਹਨੇ ਬੱਤੀ ਵਾਲੀ ਕੀਤੀ ਆ। ਸਵਾਲ ਕਰਤਾ ਧਿਰ ਦਾ ਇੱਕ ਹਿੱਸਾ ਗਾਲ ਕਰਤਾ ਵੀ ਆ, ਜਿਹੜੇ ਕਿ ਗਾਲ ਕੱਢ ਕੇ ਮਾਂ ਬੋਲੀ ਦੀ ਇਸ ਵੇਲੇ ਸੇਵਾ ਕਰ ਰਹੇ ਆ। ਸ਼ਾਇਦ ਉਹਨਾਂ ਨੇ ਕੋਈ ਇਹੋ ਜਿਹੀ ਕਿਤਾਬ, ਕੋਈ ਇਹੋ ਜਿਹੀ ਗਾਈਡ, ਕੋਈ ਇਹੋ ਜਿਹਾ ਗ੍ਰੰਥ ਪੜ੍ਹ ਲਿਆ ਹੋਣਾ ਜਿਹਦੇ ਵਿੱਚ ਉਹਨਾਂ ਨੂੰ ਇਹ ਗੱਲ ਸਿਖਾਈ ਗਈ ਹੋਵੇ ਕਿ ਕਿਸੇ ਨੂੰ ਗਾਲ ਕੱਢ ਦਈਏ ਤਾਂ ਫਿਰ ਗੱਲ ਬਣ ਜਾਂਦੀ ਆ, ਫਿਰ ਗੱਲ ਬੰਦੇ ਦੇ ਲੜਦੀ ਆ, ਸੱਪ ਵਾਂਗੂ ਲੜਦੀ ਆ। ਫਿਰ ਗੁਰਦਾਸ ਮਾਨ ਦੇ ਬਾਰੇ ਅਸੀਂ ਵੀ ਆਪਣੇ ਪ੍ਰੋਗਰਾਮਾਂ ਦੇ ਵਿੱਚ ਬੜੀ ਵਾਰ ਗੱਲ ਕੀਤੀ। ਇਹ ਗੱਲ ਬੜੀ ਸਾਫ਼ ਤੇ ਸਪਸ਼ਟ ਹੈ, ਜਦੋਂ ਬੱਤੀ ਵਾਲੀ ਗੱਲ ਹੋਈ ਸੀ ਸਾਨੂੰ ਵੀ ਉਵੇਂ ਚੁਬੀ ਜਿਵੇਂ ਤੁਹਾਨੂੰ ਚੁਬੀ। ਜਦੋਂ ਉਹਨੇ ਹਿੰਦੀ ਤੇ ਪੰਜਾਬੀ ਬੋਲੀ ਦੀ ਗੱਲ ਕੀਤੀ ਸੀ ਮਾਂ ਤੇ ਮਾਸੀ ਵਾਲੀ, ਸਾਨੂੰ ਵੀ ਇਹ ਗੱਲ ਉਵੇਂ ਰੜਕੀ ਜਿਵੇਂ ਆਪ ਜੀ ਨੂੰ ਰੜਕੀ। ਪਰ ਸਾਨੂੰ ਇਸ ਵੇਲੇ ਜਦੋਂ ਗੁਰਦਾਸ ਮਾਨ ਨੇ ਮਾਫ਼ੀ ਮੰਗੀ ਆ, ਤੁਸੀਂ ਮੇਰੇ ਵਿਚਾਰਾਂ ਨਾਲ ਸ਼ਾਇਦ ਸਹਿਮਤ ਨਾ ਹੋਵੋ, ਤਾਂ ਇਹ ਲੱਗਦਾ ਕਿ ਹੁਣ ਇਹ ਗੱਲ ਮੁੱਕ ਜਾਣੀ ਚਾਹੀਦੀ ਆ। ਹੁਣ ਗੁਰਦਾਸ ਮਾਨ ਨੇ ਮਾਫ਼ੀ ਮੰਗ ਲਈ ਆ, ਆਪਾਂ ਨੂੰ ਮਾਫ਼ੀ ਪਸੰਦ ਨਹੀਂ, ਉਹ ਨਹੀਂ ਮੰਗਦਾ ਸੀ, ਆਪਾਂ ਕਹਿੰਦੇ ਸੀ ਮਾਫ਼ੀ ਕਿਉਂ ਨਹੀਂ ਮੰਗਦਾ। ਸਾਨੂੰ ਮਾਫ਼ੀ ਮੰਗਣ ਦੀ ਅਦਾ ਦੇ ਉੱਤੇ ਵੀ ਸਮੱਸਿਆ, ਸਾਨੂੰ ਨਹੀਂ ਮਾਫ਼ੀ ਮੰਗਦਾ ਤਾਂ ਵੀ ਸਮੱਸਿਆ। ਕਈ ਸੱਜਣੇ ਗੱਲ ਕਹਿੰਦੇ ਕਿ ਉਹ ਡੇਰਿਆਂ ਨੂੰ ਪ੍ਰਮੋਟ ਕਰਦਾ। ਮੈਂ ਨਿੱਜੀ ਤੌਰ 'ਤੇ ਚਾਹੁੰਦਾ ਜੀ ਕਿ ਕੋਈ ਵੀ ਕਲਾਕਾਰ, ਕੋਈ ਵੀ ਮਸ਼ਹੂਰ ਹਸਤੀ ਡੇਰਿਆਂ ਦੇ ਵਿੱਚ ਨਾ ਜਾਵੇ, ਬਿਲਕੁਲ ਨਾ ਜਾਵੇ। ਮੈਂ ਕਦੇ ਆਪ ਨਿੱਜੀ ਤੌਰ 'ਤੇ ਡੇਰਿਆਂ ਦੇ ਵਿੱਚ ਨਹੀਂ ਗਿਆ, ਮੈਨੂੰ ਗੁਰੂ ਦੇ ਵਿੱਚ ਯਕੀਨ ਆ, ਅਤੇ ਮੈਂ ਕਿੰਨਾ ਕੁ ਯਕੀਨ ਕਰਦਾ ਜਾਂ ਨਹੀਂ ਕਰਦਾ ਮੈਨੂੰ ਕਿਸੇ ਨੂੰ ਉੱਤਰ ਦੇਣ ਦੀ ਕੋਈ ਲੋੜ ਨਹੀਂ, ਇੱਕ ਪੈਸੇ ਦੀ ਵੀ, ਕੋਈ ਕੁਛ ਵੀ ਕਵੇ। ਪਰ ਗੱਲ ਵੀ ਇਸ ਵੇਲੇ ਅੱਧਾ ਪੰਜਾਬ ਡੇਰਿਆਂ ਦੇ ਵਿੱਚ ਜਾਂਦਾ, ਅਤੇ ਗੁਰਦਾਸ ਮਾਨ ਸਿਰਸੇ ਵਾਲੇ ਡੇਰੇ ਦੇ ਵਿੱਚ ਤਾਂ ਮੇਰਾ ਖਿਆਲ ਨਹੀਂ ਗਿਆ ਹੋਣਾ, ਜਾਂ ਉਹਨੂੰ ਤਾਂ ਪ੍ਰਮੋਟ ਵੀ ਨਹੀਂ ਕੀਤਾ, ਪਰ ਅੱਧਾ ਮਾਲਵਾ ਉੱਥੇ ਜਾਂਦਾ ਰਿਹਾ ਹੁਣ ਤੱਕ। ਉਸ ਡੇਰੇ ਦੇ ਵਿੱਚ ਜਾ ਕੇ ਅਤੇ ਸਰਕਾਰਾਂ ਬਣਦੀਆਂ ਰਹੀਆਂ ਅਤੇ ਹਾਲੇ ਤੱਕ ਉਹ ਮਾਮਲਾ ਚੱਲੀ ਜਾਂਦਾ। ਮੇਰਾ ਖਿਆਲ ਆ ਵੀ ਜਿਹੜਾ ਡੇਰਿਆਂ ਵਾਲੀ ਗੱਲ ਆ ਉਹ ਇੱਕ ਵੱਖਰਾ ਵਿਸ਼ਾ, ਬੱਤੀ ਵਾਲੀ ਗੱਲ ਵੱਖਰਾ ਵਿਸ਼ਾ, ਪੰਜਾਬੀ ਬੋਲੀ ਵਾਲੀ ਗੱਲ ਵੱਖਰਾ ਵਿਸ਼ਾ। ਪਰ ਜਦੋਂ ਆਪਾਂ ਕਿਸੇ ਨੂੰ ਕੈਂਚੀ ਲਾਉਣੀ ਹੋਵੇ ਜਾਂ ਆਪਾਂ ਕਿਸੇ ਨੂੰ ਸਵਾਲਾਂ ਦੇ ਘੇਰੇ ਦੇ ਵਿੱਚ ਖੜਾ ਕਰਨਾ ਹੋਵੇ, ਫਿਰ ਅਸੀਂ ਸਾਰੀਆਂ ਗੱਲਾਂ ਦੀ ਰਲਗੱਡਤਾ ਕਰ ਦਿੰਦੇ ਹਾਂ। ਮਾਂ ਬੋਲੀ ਪੰਜਾਬੀ ਦੀ ਸੇਵਾ ਕਰਨੀ ਗੁਰਦਾਸ ਮਾਨ ਦਾ ਇਕੱਲੇ ਦਾ ਫਰਜ਼ ਨਹੀਂ। ਉਹ ਆਪ ਇਹ ਗੱਲ ਕਹਿੰਦਾ ਕਿ ਮੇਰੀ ਰੋਟੀ ਪੰਜਾਬੀ ਬੋਲੀ ਦੇ ਕਰਕੇ ਚੱਲੀ ਆ, ਮੈਂ ਪੰਜਾਬੀ ਬੋਲੀ ਦਾ ਕੋਈ ਵਿਕਾਸ ਨਹੀਂ ਕੀਤਾ, ਨਾ ਮੈਂ ਗੁਰਦਾਸ ਮਾਨ ਹੋਰਾਂ ਦਾ ਕੱਲ੍ਹ ਅੰਨਾ ਭਗਤ ਸੀ ਅਤੇ ਨਾ ਮੈਂ ਕਿਸੇ ਦਾ ਅੰਨਾ ਵਿਰੋਧੀ ਹਾਂ। ਮੈਂ ਇਸ ਗੱਲ ਕਰਕੇ ਵੀ ਨਹੀਂ ਜੰਮਿਆ ਕਿ ਭਾਈ ਮੈਂ ਸਿਫਤਾਂ ਦੇ ਪੋਲੀ ਬੰਨੀ ਜਾਵਾਂ, ਤਾਂ ਮੈਂ ਇਹ ਮੇਰਾ ਖਿਆਲ ਆ ਵੀ ਇਸ ਕਰਕੇ ਵੀ ਨਹੀਂ ਜੰਮਿਆ ਕਿ ਭਾਈ ਮੈਂ ਮਿੱਟੀ ਪੱਟੀ ਜਾਵਾਂ, ਮੈਂ ਸਿਰਫ ਤੇ ਸਿਰਫ ਵਿਰੋਧ ਹੀ ਕਰਨਾ। ਜਦੋਂ ਕੋਈ ਚੰਗੀ ਗੱਲ ਆਵੇ ਉਹਦੀ ਸਿਫਤ ਵੀ ਕਰੋ, ਜਦੋਂ ਕੋਈ ਮਾੜੀ ਗੱਲ ਆਵੇ ਉਹਦੀ ਸਾਰਥਕ ਸ਼ਬਦਾਂ ਦੇ ਵਿੱਚ, ਢੁੱਕਵੇਂ ਸ਼ਬਦਾਂ ਦੇ ਵਿੱਚ ਆਲੋਚਨਾ ਵੀ ਕਰੋ। ਹੁਣ ਗੁਰਦਾਸ ਮਾਨ ਦਾ ਗਲ ਘੁੱਟਣਾ ਹੀ ਬਾਕੀ ਰਹਿ ਗਿਆ ਮੇਰਾ ਖਿਆਲ। ਜਿਹੜੇ ਬੰਦੇ ਇਸ ਵੇਲੇ ਗਾਲਾਂ ਕੱਢਦੇ ਆ, ਉਹਨਾਂ ਨੇ ਕਿਹੜੀ ਮਾਂ ਬੋਲੀ ਦੀ ਸੇਵਾ ਕੀਤੀ ਆ, ਜਾਂ ਉਹਨਾਂ ਨੂੰ ਮਾਂ ਬੋਲੀ ਦੀ ਸੇਵਾ ਕਰਨ ਦੀ ਕਿਹੜੀ ਯੋਗਤਾ ਆਉਂਦੀ ਆ? ਮੇਰੀ ਬੇਨਤੀ ਹੈ ਜੀ ਕਿ ਉਹ ਵੀ ਇਸ ਗੱਲ ਨੂੰ ਅੱਜ ਜ਼ਰੂਰ ਕਲੀਅਰ ਕਰਨ, ਸਾਫ਼ ਕਰ ਦੇਣ। ਸ਼ਾਇਦ ਸਾਨੂੰ ਉਹ ਹੁਨਰ ਨਾ ਆਇਆ ਹੋਵੇ ਵੀ ਭਾਈ ਮਾਂ ਬੋਲੀ ਦੀ ਸੇਵਾ, ਜੇ ਕਿਸੇ ਦੀ ਧੀ ਨੂੰ ਗਾਲ ਕੱਢ ਦਈਏ, ਭੈਣ ਨੂੰ ਕੱਢ ਦਈਏ, ਉਹਨੂੰ ਕਿਸੇ ਨੂੰ ਕੰਜਰ ਕਹਿ ਦਈਏ, ਕਿਸੇ ਨੂੰ ਕੁੱਤਾ ਕਹਿ ਦਈਏ, ਜੇ ਇਉਂ ਕਹਿ ਕੇ ਮਾਂ ਬੋਲੀ ਦੀ ਸੇਵਾ ਹੁੰਦੀ ਹੈ, ਫਿਰ ਤੁਸੀਂ ਮੈਨੂੰ ਵੀ ਕਿਹਾ ਕਰੋ, ਹਰ ਰੋਜ਼ ਕਿਹਾ ਕਰੋ, ਮੈਂ ਤੁਹਾਨੂੰ ਕਿਹਾ ਕਰਾਂ, ਫਿਰ ਆਪਾਂ ਮਾਂ ਬੋਲੀ ਦੀ ਸੇਵਾ ਇਸ ਰੂਪ ਦੇ ਵਿੱਚ ਕਰੀਏ। ਹਾਂ, ਉਹਨੇ ਬੰਦੇ ਨੇ ਗਲਤੀ ਕੀਤੀ, ਮੇਰੇ ਕੋਲੋਂ ਵੀ ਬੜੀਆਂ ਗਲਤੀਆਂ ਹੋਈਆਂ ਜ਼ਿੰਦਗੀ ਦੇ ਵਿੱਚ, ਆਪ ਜੀ ਕੋਲੋਂ ਵੀ ਹੋਈਆਂ ਹੋਣਗੀਆਂ। ਅਸੀਂ ਤਾਂ ਰਹਿੰਦੇ ਹਾਂ ਉਸ ਪੰਜਾਬ ਦੇ ਵਿੱਚ ਆ ਜਿੱਥੇ ਅੱਜ ਗੋਲ ਗੱਪਿਆਂ ਦੀ ਰੇਹੜੀ ਦੇ ਉੱਤੇ ਵੀ ਅੰਗਰੇਜ਼ੀ ਦੇ ਵਿੱਚ ਲਿਖਿਆ ਹੋਇਆ ਸਭ ਕੁਝ, ਹਿੰਦੀ 'ਚ ਲਿਖਿਆ ਹੋਇਆ। ਸਾਨੂੰ ਇਸ ਗੱਲ ਦਾ ਦੁੱਖ ਆ ਕਿ ਪੰਜਾਬ ਦੇ ਵਿੱਚੋਂ ਪੰਜਾਬੀ ਮਨਫੀ ਨਾ ਹੋ ਜਾਏ ਕਿਤੇ। ਸਾਨੂੰ ਇਸ ਗੱਲ ਦਾ ਡਰ ਆ
ਵੀ ਪੰਜਾਬੀ ਬੋਲੀ ਦੇ ਵਿੱਚ ਰਲਗੱਡਤਾ ਕਿਵੇਂ ਹੋ ਗਈ ਆ। ਅੱਜ ਸਾਡੇ ਘਰਾਂ ਦੇ ਵਿੱਚ ਅਸੀਂ ਕਿੰਨੀ ਕੁ ਸ਼ੁੱਧ ਪੰਜਾਬੀ ਬੋਲਦੇ ਹਾਂ। ਜਿਵੇਂ ਬਲਵੰਤ ਗਾਰਗੀ ਨੇ ਕਿਹਾ ਸੀ ਕਿ ਪੰਜਾਬੀ ਬਿਲਕੁਲ ਬਠਿੰਡੇ ਦੇ ਕੱਕੇ ਰੇਤੇ ਵਰਗੀ ਹੋਣੀ ਚਾਹੀਦੀ ਆ। ਉਹ ਉਸ ਵੇਲੇ ਦੀ ਗੱਲ ਸੀ, ਅੱਜ ਤਾਂ ਚਲੋ ਬਠਿੰਡਾ ਵੀ ਵਿਕਸਿਤ ਹੋ ਗਿਆ, ਪਰ ਆਪਣੀ ਪੰਜਾਬੀ ਸ਼ੁੱਧ ਕਿੰਨੀ ਕੁ ਆ ਤੇ ਅਸੀਂ ਮਾਂ ਬੋਲੀ ਪੰਜਾਬੀ ਦੀ ਆਪ ਕਿੰਨੀ ਕੁ ਸੇਵਾ ਕਰਦੇ ਹਾਂ, ਸਵਾਲਾਂ ਦਾ ਸਵਾਲ ਇਹ ਵੀ ਆ। ਪਰ ਅਸੀਂ ਇਸ ਗੱਲ ਦੇ ਉੱਤੇ ਗੌਰ ਕਰਕੇ ਰਾਜ਼ੀ ਨਹੀਂ ਆ। ਮੇਰਾ ਖਿਆਲ ਆ ਵੀ ਸਾਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਕਿ ਸਾਡੇ ਉੱਤੇ ਵੀ ਕੋਈ ਸਵਾਲ ਹੋਵੇ। ਗੁਰਦਾਸ ਮਾਨ ਨੇ 32 ਵਾਲੀ ਗੱਲ ਕੀਤੀ, ਬਿਲਕੁਲ ਗਲਤ ਕੀਤੀ, ਪਰ ਉਹਨੂੰ ਜੇਕਰ 2 ਸਾਲ ਬਾਅਦ 3 ਸਾਲ ਬਾਅਦ ਵੀ ਜੇਕਰ ਇਸ ਗੱਲ ਦੇ ਉੱਤੇ ਅਫਸੋਸ ਹੈ, ਜੇ ਉਹਨੂੰ ਅਹਿਸਾਸ ਹੋਇਆ ਇਸ ਗੱਲ ਦਾ ਕਿ ਯਾਰ ਮੇਰੇ ਵੱਲੋਂ ਜੋ ਕੀਤਾ ਗਿਆ ਸੀ ਉਹ ਗਲਤ ਆ ਤੇ ਮਾਫੀ ਮੰਗੀ ਆ, ਤਾਂ ਪੰਜਾਬੀਆਂ ਨੂੰ ਫਰਾਖਦਲੀ ਨਾਲ ਇਸ ਮਾਫੀ ਨੂੰ ਸਵੀਕਾਰ ਕਰਨਾ ਚਾਹੀਦਾ। ਵੱਧ ਤੋਂ ਵੱਧ ਸਾਡੇ ਅਧਿਕਾਰ ਖੇਤਰ 'ਚ ਕੀ ਆ, ਸਾਨੂੰ ਗੁਰਦਾਸ ਮਾਨ ਜਾਂ ਕੋਈ ਵੀ ਕਲਾਕਾਰ ਨਹੀਂ ਚੰਗਾ ਲੱਗਦਾ। ਅਸੀਂ ਉਹਦੀ ਟਿਕਟ ਨਾ ਲੱਗੇ, ਅਸੀਂ ਉਹਦੀ ਐਲਬਮ ਨਾ ਖਰੀਦੀਏ, ਅਸੀਂ ਉਹਦੇ ਗਾਣੇ ਨਾ ਸੁਣੀਏ, ਅਸੀਂ ਉਹਦੀ ਫਿਲਮ ਨਾ ਦੇਖੀਏ, ਵੱਧ ਤੋਂ ਵੱਧ ਅਸੀਂ ਇਹ ਗੱਲ ਕਰ ਸਕਦੇ ਹਾਂ। ਪਰ ਸੋਸ਼ਲ ਮੀਡੀਆ ਦੇ ਉੱਤੇ ਕਿਸੇ ਨੂੰ ਗਾਲਾਂ ਕੱਢਣੀਆਂ, ਸੋਸ਼ਲ ਮੀਡੀਆ ਦੇ ਉੱਤੇ ਕਿਸੇ ਬਾਰੇ ਅਪਸ਼ਬਦਾਂ ਦੀ ਵਰਤੋਂ ਕਰਨੀ, ਮੇਰਾ ਖਿਆਲ ਆ ਵੀ ਇਹ ਗੱਲ ਸ਼ੋਭਦੀ ਨਹੀਂ। ਗੁਰਦਾਸ ਮਾਨ ਦੀ ਗੱਲ ਚਲੋ ਪਰੇ ਵੀ ਕਰ ਦਿਓ, ਤੁਹਾਨੂੰ ਵੀ ਕੋਈ ਗਾਲਾਂ ਕਿਉਂ ਕੱਢੇ? ਜੇ ਆਪਾਂ ਫੇਕ ਆਈਡੀ ਬਣਾ ਕੇ ਵੀ ਗਾਲਾਂ ਕੱਢਦੇ ਹਾਂ, ਤੁਸੀਂ ਵੀ ਸਤਿਕਾਰਯੋਗ ਹੋ, ਤੁਹਾਨੂੰ ਵੀ ਕੋਈ ਗਾਲਾਂ ਕਿਉਂ ਕੱਢੇ? ਕੋਈ ਸੁਖਬੀਰ ਬਾਦਲ ਨੂੰ ਕਿਉਂ ਕੱਢੇ? ਕੋਈ ਗੁਰਦਾਸ ਮਾਨ ਨੂੰ ਕਿਉਂ ਕੱਢੇ? ਕੋਈ ਰਾਜਾ ਵੜਿੰਗ ਨੂੰ ਕਿਉਂ ਕੱਢੇ? ਕੋਈ ਅਰਵਿੰਦ ਕੇਜਰੀਵਾਲ ਨੂੰ ਕਿਉਂ ਕੱਢੇ? ਕੋਈ ਭਗਵੰਤ ਮਾਨ ਨੂੰ ਕਿਉਂ ਕੱਢੇ? ਹਾਂ, ਉਹਦੇ ਕੰਮ ਦਾ ਐਨਾਲਿਸਿਸ ਕਰ ਸਕਦੇ ਹਾਂ ਵੀ ਇਹਨੇ ਆਹ ਗੱਲ ਇਉਂ ਕੀਤੀ ਤਾਂ ਕਿਉਂ ਕੀਤੀ, ਇੱਦਾਂ ਨਹੀਂ ਸੀ ਕਰਨਾ ਚਾਹੀਦਾ, ਤੇ ਸਾਨੂੰ ਥੋੜਾ ਜਿਹਾ ਆਪਦੇ ਦਿਮਾਗ ਦਾ ਬੂਹਾ, ਮੇਰਾ ਖਿਆਲ ਆ ਵੀ, ਖੋਲ੍ਹ ਕੇ ਚੱਲਣਾ ਚਾਹੀਦਾ ਕਿ ਯਾਰ ਜੇਕਰ ਮਾਫੀ ਦਾ ਸੰਕਲਪ ਸਾਡੇ ਵਿੱਚ ਬਹੁਤ ਵੱਡਾ, ਬੰਦੇ ਨੇ ਜਦੋਂ ਮਾਫੀ ਮੰਗ ਲਈ, ਬੰਦੇ ਨੇ ਜਦੋਂ ਕੰਨਾਂ ਨੂੰ ਹੀ ਹੱਥ ਲਾ ਲਏ, ਜਦੋਂ ਬੰਦੇ ਨੇ ਅੱਖਾਂ ਦੇ ਵਿੱਚ ਅੱਥਰੂ ਹੀ ਡਿੱਗ ਪਏ, ਫਿਰ ਅਸੀਂ ਕਹਿੰਦੇ ਡਰਾਮਾ ਕਰਦਾ ਹੈ ਨਾ। ਮੈਨੂੰ ਚੰਗੀ ਤਰ੍ਹਾਂ ਚੇਤੇ ਆ, ਸਾਡੇ ਇੱਕ ਅਧਿਆਪਕ ਸਾਹਿਬਾਨ ਹੁੰਦੇ ਸੀ, ਬੜੇ ਸਤਿਕਾਰਯੋਗ ਆ, ਉਹ ਕਹਿੰਦੇ ਹੁੰਦੇ ਸੀ ਵੀ ਤੂੰ ਸ਼ਰਾਰਤ ਕੀਤੀ, ਮਾਫੀ ਮੰਗ। ਬੱਚੇ ਨੇ ਮਾਫੀ ਮੰਗ ਲੈਣੀ, ਉਹਨੇ ਕਹਿਣਾ ਤੂੰ ਸਹੀ ਨਹੀਂ ਮਾਫੀ ਮੰਗੀ, ਫੇਰ ਮੰਗ। ਉਹਨੇ ਕਹਿਣਾ ਫਿਰ ਹੁਣ ਮੈਂ ਮੁਰਗਾ ਬਣ ਜਾਂਦਾ। ਉਹਨੇ ਕਹਿਣਾ ਤੂੰ ਹਾਲੇ ਨਹੀਂ ਮੰਗੀ, ਫੇਰ ਮੰਗ। ਸਾਨੂੰ ਕਦੇ ਕਦੇ ਅੱਜ ਤੱਕ ਇਹ ਗੱਲ ਚੇਤੇ ਆ ਵੀ ਉਸ ਅਧਿਆਪਕ ਸਾਹਿਬਾਨ ਨੂੰ ਅਸੀਂ ਯਕੀਨ ਕਿਵੇਂ ਦਵਾਉਂਦੇ? ਅੱਜ ਤੱਕ ਮੇਰੇ ਕੋਲ ਹੈ ਨਹੀਂ ਕੋਈ ਇਹੋ ਜਿਹਾ, ਮੇਰੇ ਅੰਦਰ ਹੁਨਰ ਨਹੀਂ ਆਇਆ ਵੀ ਅਧਿਆਪਕ ਸਾਹਿਬਾਨ ਨੂੰ ਕਿਵੇਂ ਯਕੀਨ ਦਵਾਉਂਦੇ ਕਿ ਅਸੀਂ ਢਿੱਡੋਂ ਮੰਗ ਰਹੇ ਹਾਂ ਜਾਂ ਉੱਤੋਂ ਉੱਤੋਂ ਮੰਗ ਰਹੇ ਹਾਂ। ਹੁਣ ਗੁਰਦਾਸ ਮਾਨ ਦੀ ਜਾਂ ਤਾਂ ਆਪਾਂ ਗਲ ਫੜ ਲਈਏ ਉਹਦਾ, ਤੇ ਫਿਰ ਆਪਾਂ ਉਹਨੂੰ ਇਕੱਲੇ ਇਕੱਲੇ ਬੰਦਾ ਬੈਨਾ ਪੂਰਾ ਪੰਜਾਬ ਆਪਾਂ ਇਕੱਠਾ ਹੋ ਜਾਈਏ ਵੀ ਭਾਈ ਮੇਰੇ ਸਵਾਲ ਦਾ ਉੱਤਰ ਦੇ, ਮੇਰੇ ਸਵਾਲ ਦਾ ਉੱਤਰ ਦੇ, ਤੇ ਬਾਕੀ ਬਚੀ ਜ਼ਿੰਦਗੀ ਉਹ ਇਹਨਾਂ ਸਵਾਲਾਂ ਦੇ ਵਿੱਚ ਕੱਢ ਦੇਵੇ। ਤੇ ਜਾਂ ਫਿਰ ਆਪਾਂ ਜਦੋਂ ਆਪ ਵੀ ਭੁੱਲਣਹਾਰ ਆ, ਮੇਰਾ ਖਿਆਲ ਵੀ ਮੈਂ ਵੀ ਗਲਤੀਆਂ ਕਰਦਾ, ਤੁਸੀਂ ਕਿਹੜਾ ਘੱਟ ਕਰਦੇ ਹੋਵੋਗੇ, ਅਸੀਂ ਸਾਰੇ ਹੀ ਕਰਦੇ ਹਾਂ, ਮਨੁੱਖ ਆ, ਗਲਤੀਆਂ ਦਾ ਪੁਤਲਾ, ਇਸ ਗੱਲ ਨੂੰ ਇੱਥੇ ਫਿਨਿਸ਼, ਇਸ ਗੱਲ ਨੂੰ ਇੱਥੇ ਖਤਮ ਕਰਨਾ ਚਾਹੀਦਾ। ਇਸ ਗੱਲ ਨੂੰ ਖਤਮ ਕਰਕੇ ਜ਼ਿੰਦਗੀ ਦੇ ਹੋਰ ਮੇਰਾ ਖਿਆਲ ਆ ਵੀ ਰਾਹਾਂ ਦੇ ਉੱਤੇ ਤੁਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਆ। ਤੁਸੀਂ ਚੰਗੇ ਗੀਤ ਸੁਣੋ, ਤੁਹਾਡੇ ਤੱਕ ਚੰਗੇ ਗੀਤ ਪਹੁੰਚਣ, ਤੁਸੀਂ ਚੰਗੀਆਂ ਫਿਲਮਾਂ ਦੇਖੋ, ਤੁਹਾਡੇ ਤੱਕ ਚੰਗੇ ਜਿਹੜੇ ਆ ਉਹ ਫਿਲਮ ਸਾਜ਼ ਆਉਣ, ਤੁਸੀਂ ਚੰਗਾ ਮਨੋਰੰਜਨ ਆ ਜਿਹੜਾ ਉਹ ਕਰੋ, ਤੁਹਾਡਾ ਚੰਗਾ ਮਨੋਰੰਜਨ ਹੋਵੇ, ਇਹਦੀ ਅਸੀਂ ਕਾਮਨਾ ਕਰਦੇ ਹਾਂ। ਮੇਰਾ ਖਿਆਲ ਆ ਵੀ ਗੁਰਦਾਸ ਮਾਨ ਨੂੰ ਜਾਂ ਕਿਸੇ ਵੀ ਬੰਦੇ ਨੂੰ ਅਸੀਂ ਗਾਲਾਂ ਦੇ ਨਾਲ ਨਹੀਂ ਢਾ ਸਕਦੇ। ਮੈਂ ਤੁਹਾਨੂੰ ਕਿਵੇਂ ਗਾਲਾਂ ਦੇ ਨਾਲ ਢਾਲੂੰਗਾ? ਇਸ ਗੱਲ ਨੂੰ ਛੱਡ ਦੇਣਾ ਚਾਹੀਦਾ। ਮੈਨੂੰ ਦੁੱਖ ਹੋਇਆ ਇਸ ਗੱਲ ਦੇ ਉੱਤੇ, ਹੁਣ ਮੈਨੂੰ ਕਈ ਕਹਿਣਗੇ ਵਿਕ ਗਿਆ ਹੋਏ, ਪੈਸੇ ਲੈ ਲਏ ਹੋਣੇ ਆ, ਫਿਰ ਹੁਣ ਤੁਸੀਂ ਮੈਨੂੰ ਚੈੱਕ ਨੰਬਰ ਤੇ ਮੈਨੂੰ DD ਨੰਬਰ ਸਾਰਾ ਕੁਝ ਦੱਸ ਦਿਓ ਵੀ ਭਾਈ ਕਿਹੜਾ ਕਿਹੜਾ ਚੈੱਕ ਨੰਬਰ ਸੀਗਾ, ਕਿਹੜੀ ਬੈਂਕ ਦਾ ਸੀ। ਸਾਡੇ ਪੰਜਾਬੀਆਂ ਦੀ ਆਦਤ ਆ ਥੋੜਾ ਜਿਹਾ ਤੂੰਬਾ ਜਿਹਾ ਲਾ ਲੈਣਾ, ਆਪਾਂ ਉਹਦੇ ਬਾਰੇ ਕੁਝ ਕਹਿ ਦਈਏ, ਉਹਦੇ ਬਾਰੇ ਕਹਿ ਦਈਏ। ਜੇ ਅਸੀਂ 4 ਵਾਰ ਕਿਸੇ ਪਾਰਟੀ ਦੀ ਗੱਲ ਕਰੀਏ, ਕਈ ਬੰਦੇ ਕਹਿੰਦੇ ਇਹ ਨੇ ਫਲਾਣੇ ਤੋਂ ਪੈਸੇ ਲੈ ਲਏ ਹੋਣੇ ਆ, ਇਹਨੇ ਫਲਾਣੇ ਤੋਂ ਲੈ ਲਏ ਹੋਣੇ ਆ। ਸਭ ਤੋਂ ਵੱਧ ਸਵਾਲ ਉਹ ਕਰੂਗਾ ਜਿਹਨੂੰ ਸਭ ਤੋਂ ਘੱਟ ਜਾਣਕਾਰੀ ਹੁੰਦੀ ਆ, ਉਹ ਬੰਦੇ ਦਾ ਟਿੱਪਣੀ, ਗੰਦੀ ਟਿੱਪਣੀ ਉਹ ਕਰੂਗਾ ਜਿਹੜੇ ਬੰਦੇ ਦੀ ਮਾਨਸਿਕਤਾ ਗੰਦੀ ਆ। ਸਾਰਥਕ, ਵੱਧ ਪੜ੍ਹਿਆ ਲਿਖਿਆ ਬੰਦਾ ਉਹ ਤੁਹਾਨੂੰ ਢੁੱਕਵੇਂ ਸ਼ਬਦਾਂ ਦੇ ਵਿੱਚ ਘੇਰੂਗਾ, ਤੇ ਘੇਰਨਾ ਤੁਹਾਡਾ ਅਧਿਕਾਰ ਆ, ਮੇਰਾ ਅਧਿਕਾਰ ਆ। ਗੁਰਦਾਸ ਮਾਨ ਦੀ ਅਸੀਂ ਵਿਰੋਧਤਾ ਕੀਤੀ, ਆਲੋਚਨਾ ਕੀਤੀ ਸੀ, ਸੋਰੀ ਮਾਫ ਕਰਨਾ, ਆਲੋਚਨਾ ਕੀਤੀ ਸੀ, ਅਸੀਂ ਉਦੋਂ ਵੀ ਸ਼ਬਦਾਂ ਦੀ ਮਰਿਆਦਾ ਦਾ ਖਿਆਲ ਰੱਖਿਆ। ਅੱਜ ਵੀ ਮੇਰੀ ਗੁਰਦਾਸ ਮਾਨ ਨਾਲ ਕੋਈ ਗੱਲ ਨਹੀਂ ਹੋਈ, ਮੇਰਾ ਕੋਈ ਇੱਛਾ ਨਹੀਂ ਮਿਲਣ ਦੀ, ਮੈਂ ਕੱਲ੍ਹ ਨੂੰ ਮਿਲਾਂ,
ਮੈਂ ਕੋਈ ਟਿਕਟ ਲਵਾਂ, ਮੈਂ ਕੋਈ ਫਿਲਮ ਬਣਾਵਾਂ, ਮੈਂ ਨਾ ਕੋਈ ਗਾਣਾ ਲਿਖਦਾ, ਨਾ ਮੇਰੀ ਕੋਈ ਲੋੜ ਆ ਉਹਦਾ ਮੇਰੇ ਬਿਨਾਂ ਸਰਦਾ, ਮੇਰਾ ਉਹਨਾਂ ਬਿਨਾਂ ਸਰਦਾ। ਪਰ ਕੁੱਲ ਮਿਲਾ ਕੇ ਗੱਲ ਇਹ ਆ ਕਿ ਮੈਨੂੰ ਮਾਫ਼ੀ ਦੇ ਉੱਤੇ ਸੰਤੁਸ਼ਟੀ ਆ, ਮੈਨੂੰ ਤੁਹਾਨੂੰ ਵੀ ਹੋਣੀ ਚਾਹੀਦੀ ਜਾਂ ਨਹੀਂ ਹੈਗੀ ਮੈਨੂੰ ਨਹੀਂ ਪਤਾ ਗਾ, ਪਰ ਆਪਾਂ ਗਾਲਾਂ ਕੱਢਣੀਆਂ ਬੰਦ ਕਰੀਏ। ਕਿਸੇ ਨੂੰ ਵੀ ਗਾਲਾਂ ਕਿਉਂ ਕੱਢਣੀਆਂ, ਜ਼ਿੰਦਗੀ 'ਚ ਬਹੁਤ ਸਾਰੇ ਕੰਮ ਕਰਨ ਵਾਲੇ, ਆਪਾਂ ਇਕੱਲੇ ਗਾਲਾਂ ਕੱਢਣ ਨੂੰ ਥੋੜ੍ਹੀ ਜੰਮੇ ਆ। ਮੇਰਾ ਖਿਆਲ ਆ ਵੀ ਇਸ ਗੱਲ ਦੇ ਉੱਤੇ ਗੌਰ ਕਰਨੀ ਚਾਹੀਦੀ। ਬਾਕੀ ਸਾਰੇ ਸਿਆਣੇ ਭਾਈ